1 ਤੇ 2 ਫਰਵਰੀ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦੀ ਜਿਹੜੀ ਬਰਥ ਐਨਵਰਸਰੀ ਨੂੰ ਟ੍ਰਿਬਿਊਟ ਦੇਣ ਲਈ ਇੱਕ ਇੰਟਲੈਕਚੁਅਲ ਇੰਟਰਨੈਸ਼ਨਲ ਕਾਨਫਰੰਸ ਹੋ ਰਹੀ ਹੈ ਜਿਹਨੂੰ ਇਨੈਗੁਰੇਟ ਕਰਨਗੇ ਚੀਫ ਜਸਟਿਸ ਆਫ ਇੰਡੀਆ। ਉਹਦੇ 'ਚ 3 ਹੋਰ ਕੰਟਰੀ ਦੇ ਜੱਜ ਆ ਰਹੇ ਨੇ, ਸ਼੍ਰੀਲੰਕਾ ਤੋਂ ਸੁਪਰੀਮ ਕੋਰਟ ਦੇ ਜੱਜ ਆ ਰਹੇ ਨੇ, ਭੂਟਾਨ ਤੋਂ ਸੁਪਰੀਮ ਕੋਰਟ ਦੇ ਜੱਜ ਆ ਰਹੇ ਨੇ, ਇੰਗਲੈਂਡ ਤੋਂ ਜਸਟਿਸ ਚੀਮਾ ਗਰੱਬ ਆ ਰਹੇ ਨੇ, ਹੂ ਇਜ਼ ਫਸਟ ਏਸ਼ੀਅਨ ਵੂਮੈਨ ਟੂ ਬੀ ਅਪੁਆਇੰਟਡ ਜੱਜ ਇਨ ਇੰਗਲੈਂਡ। ਇਸ ਤੋਂ ਇਲਾਵਾ 9 ਮੁਲਕਾਂ ਦੇ ਜਿਹੜੇ ਸਫੀਰ ਨੇ, ਅੰਬੈਸਡਰ ਨੇ, ਉਹ ਆ ਰਹੇ ਨੇ। ਐਂਡ ਮੋਸਟ ਇੰਪੋਰਟੈਂਟਲੀ ਕੁਛ ਐਸੇ ਨਾਮੀ ਗ੍ਰਾਮੀ ਐਮੀਨੈਂਟ ਸਕਾਲਰ ਆ ਰਹੇ ਨੇ, ਜਿਹੜੀਆਂ ਗਲੋਬਲ ਪਰਸਨੈਲਿਟੀਆਂ ਨੇ, ਜਿਨ੍ਹਾਂ ਨੇ ਰਿਲੀਜਨ 'ਤੇ ਬਹੁਤ ਰਿਸਰਚ ਕੀਤੀ ਅਤੇ ਐਕਸਟੈਂਸਿਵਲੀ ਲਿਖਿਆ। ਉਹਨਾਂ 'ਚੋਂ ਪ੍ਰੋਫੈਸਰ ਐਮੀਰਾਟਸ ਨੇ ਆਕਸਫੋਰਡ ਦੇ ਡਾਕਟਰ ਪ੍ਰੀਤਮ ਸਿੰਘ, ਡਾਕਟਰ ਮਾਰਕ ਜ਼ੁਮੇਅਰ ਨੇ ਜਿਹੜੇ ਮੈਨੀ ਗਲੋਬਲ ਅਵਾਰਡਸ ਦੇ ਸਕਾਲਰਸ਼ਿਪ ਦੇ ਰੈਸੀਪੈਂਟ ਨੇ, ਉਹਨਾਂ ਨੇ ਇਨਸਾਈਕਲੋਪੀਡੀਆ ਲਿਖਿਆ ਆਕਸਫੋਰਡ ਦੀ ਰਿਲੀਜਨ 'ਤੇ, ਅਤੇ ਬੜੀਆਂ ਜਿਹੜੇ ਵਾਸ਼ਿੰਗਟਨ ਪੋਸਟ, CNN ਸਾਰਿਆਂ ਲਈ ਉਹ ਉਹਨਾਂ ਦਾ ਲਿਖਦੇ ਨੇ ਅਤੇ ਉਹ ਉੱਥੇ ਛਪਦਾ ਜੀ। ਇਸ ਤੋਂ ਇਲਾਵਾ ਪ੍ਰੋਫੈਸਰ ਦੋਰਿਸ ਜੈਕੋਬ ਆ ਰਹੇ ਨੇ, ਉਹ ਹਾਰਵਰਡ ਦੇ ਸਕਾਲਰ ਨੇ, ਉਹ ਯੂਨੀਵਰਸਿਟੀ ਆਫ ਵਾਟਰਲਿਊ 'ਚ ਗਲੋਬਲ ਸਿੱਖ ਸਟੱਡੀਜ਼ ਨੂੰ ਹੈੱਡ ਕਰਦੇ ਨੇ। ਉਹਨਾਂ ਨੇ ਵੀ ਐਕਸਟੈਂਸਿਵਲੀ ਬਹੁਤ ਉਹਨਾਂ ਦੀ ਰਿਸਰਚ ਹੈ, ਉਹਨਾਂ ਨੇ ਕਿਤਾਬ ਜਿਹੜੀ ਆਕਸਫੋਰਡ ਵੱਲੋਂ ਛਪੀ ਉਹਨਾਂ ਦੀ ਪ੍ਰੈਸ ਵੱਲੋਂ, 1 ਇਜ਼ ਵੁਮਨ ਐਂਡ ਸਿੱਖਿਜ਼ਮ, 2 ਇਜ਼ ਰੀਲੋਕੇਟਿੰਗ ਜੈਂਡਰ ਇਕੁਐਲਿਟੀ ਇਨ ਸਿੱਖ ਹਿਸਟਰੀ, ਉਹ ਵੀ ਆ ਰਹੇ ਨੇ ਜੀ। ਇਸ ਤੋਂ ਇਲਾਵਾ ਹਰੀਨਾਮ ਸਿੰਘ ਖਾਲਸਾ ਜੀ, ਜੋ ਫਾਰਮਰ ਵਕੀਲ ਰਹੇ ਨੇ ਪੇਸ਼ੇ ਦੇ ਤੌਰ 'ਤੇ, ਉਹਨਾਂ ਨੇ 30 ਸਾਲ ਵਕਾਲਤ ਕੀਤੀ ਹੈ, ਅਤੇ ਜੋ ਹਰਭਜਨ ਯੋਗੀ ਜਿਨ੍ਹਾਂ ਨੇ 1960 'ਚ ਸਿੱਖਿਜ਼ਮ ਅਤੇ ਯੋਗਾ USA 'ਚ ਉਹਨਾਂ ਨੇ ਪ੍ਰਚਾਰ ਕੀਤਾ, ਬਟ ਮਿਸਟਰ ਹਰੀਨਾਮ ਸਿੰਘ ਖਾਲਸਾ ਉਹ ਅਜੇ ਇਨੀਸ਼ਲੀ ਇਹ ਕੈਥੋਲਿਕ, ਉਹਨਾਂ ਨੇ ਸਿੱਖ ਬਾਨਾ ਅਤੇ ਸਾਰਾ ਅੰਮ੍ਰਿਤਧਾਰੀ ਸਿੱਖ ਨੇ ਜੀ। ਉਹਨਾਂ ਨੇ USA ਤਾਂ ਕਰ ਹੀ ਰਹੇ ਨੇ ਪ੍ਰਚਾਰ, ਉਹ ਈਵਨ ਲੈਟਿਨ ਅਮੈਰੀਕਾ 'ਚ ਸਪੈਨਿਸ਼ 'ਚ ਸਿੱਖਿਜ਼ਮ ਅਤੇ ਕੁੰਡਲੋਨੀ ਯੋਗਾ ਪ੍ਰੀਚ ਕਰ ਰਹੇ ਨੇ, ਉਹ ਵੀ ਆ ਰਹੇ ਨੇ ਜੀ। ਇਸ ਤੋਂ ਇਲਾਵਾ ਉੱਜਲ ਦਸਾਂਝ ਜੀ ਆ ਰਹੇ ਨੇ ਜੀ, ਉੱਜਲ ਦਸਾਂਝ ਜੀ ਜਿਹੜੇ ਇੱਕ ਸਭ ਤੋਂ ਨਾਮੀ ਅਤੇ ਇਸਟੈਬਲਿਸ਼ਡ ਕੈਨੇਡਾ ਦੇ ਵਕੀਲ ਨੇ, ਫਾਰਮਰ ਫੈਡਰਲ ਮਿਨਿਸਟਰ ਰਹੇ ਨੇ, ਅਟੋਰਨੀ ਜਨਰਲ ਅਤੇ ਪ੍ਰੀਮੀਅਰ ਰਹੇ ਨੇ ਬ੍ਰਿਟਿਸ਼ ਕੋਲੰਬੀਆ ਦੇ, ਉਹ ਵੀ ਆ ਰਹੇ ਨੇ ਜੀ। ਇੱਕ ਗੁਰੂ ਨਾਨਕ ਦੇਵ ਜੀ 'ਤੇ ਕਿਤਾਬ ਜੋ ਹੁਣੇ ਕੰਪਲੀਟ ਹੋਈ ਹੈ ਪੈਂਗੁਇਨ ਪਬਲਿਸ਼ਰ ਵੱਲੋਂ, ਉਹ ਵੀ ਅਨਵੇਲ ਕੀਤੀ ਜਾਊਗੀ। ਜਿਹੜੀ ਮਿਸਿਸ ਨਿੱਕੀ ਗੁਰਿੰਦਰ ਹੈ ਨੇ ਜੀ, ਕਰਾਫੋਰਡ ਉੱਥੋਂ ਕੋਲਬੀ ਪ੍ਰੋਫੈਸਰ ਨੇ ਜੀ US ਦੇ ਵਿੱਚ, ਉਹਨਾਂ ਵੱਲੋਂ ਲਿਖੀ ਗਈ ਹੈ। ਉਹਦਾ ਜੋ ਟਾਈਟਲ ਹੈ ਉਹ ਹੈ ਦੀ ਫਸਟ ਸਿੱਖ ਦੀ ਲਾਈਫ ਐਂਡ ਲੈਗੇਸੀ ਆਫ ਗੁਰੂ ਨਾਨਕ ਦੇਵ ਜੀ। ਤੋਂ ਇਹ ਸਾਡਾ ਇੱਕ ਹੰਬਲ ਇੱਕ ਉਪਰਾਲਾ ਹੈ ਗੁਰੂ ਨਾਨਕ ਦੇਵ ਜੀ ਦੀ ਸੋਚ ਵਾਸਤੇ, ਜੋ ਅੱਜ ਵੀ ਬਹੁਤ ਰੈਲੇਵੈਂਟ ਹੈ, ਜੋ ਅੱਜ ਦੁਨੀਆਂ 'ਚ ਹੋ ਰਿਹਾ ਕਨਫਲਿਕਟ ਐਂਡ ਇਨਡਿਫਰੈਂਸ, ਇਸ ਕਰਕੇ ਫੋਰ ਪੋਸਟੈਰਿਟੀ, ਫੋਰ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ, ਉਹਨਾਂ ਨੂੰ ਇੱਕ ਸੁਨੇਹਾ ਦੇਣਾ ਗੁਰੂ ਨਾਨਕ ਦੇਵ ਜੀ ਦੀ ਸੋਚ ਨਾਲ ਜੋੜਨ ਦਾ ਇੱਕ ਅਸੀਂ ਹੰਬਲ ਉਪਰਾਲਾ ਕਰ ਰਹੇ ਹਾਂ। ਅਤੇ ਸਾਡੀ ਬੜੀ ਖੁਸ਼ਕਿਸਮਤੀ ਹੈ, ਸਾਨੂੰ ਇਹ ਮੌਕਾ ਮਿਲਿਆ, ਬਾਰ ਕੌਂਸਲ ਨੂੰ ਮੌਕਾ ਮਿਲਿਆ। ਇਹਦੇ 'ਚ 400 ਤੋਂ ਵੱਧ ਡੈਲੀਗੇਟ ਆ ਰਹੇ ਨੇ ਜੀ ਬਾਹਰ ਤੋਂ, ਜੋ ਕਈ ਦੇਸ਼ਾਂ ਤੋਂ ਆ ਰਹੇ ਨੇ, ਅਤੇ ਇੰਡੀਆ ਦੀਆਂ ਸਾਰੀਆਂ ਬਾਰ ਕੌਂਸਲਸ ਅਤੇ ਹਾਈ ਕੋਰਟ ਦੇ ਆਫਿਸ ਬੇਅਰ ਬਾਰ ਐਸੋਸੀਏਸ਼ਨਾਂ ਦੇ ਉਹ ਆ ਰਹੇ ਨੇ ਜੀ। ਉਹ 5 ਵਰਕਿੰਗ ਸੈਸ਼ਨ ਜਿਹੜੇ ਹੋਣਗੇ, 5 ਵਰਕਿੰਗ ਸੈਸ਼ਨ ਨੂੰ ਹੈੱਡ ਕਰਨਗੇ ਸੁਪਰੀਮ ਕੋਰਟ ਦੇ ਜੱਜ ਬਾਹਰਲੀਆਂ ਕੰਟਰੀਆਂ ਦੇ, ਨਾਲ ਉਹਨਾਂ ਦੇ ਇੱਕ ਇੱਕ ਅੰਬੈਸਡਰ ਸਾਹਿਬਾਨ ਬੈਠਣਗੇ, ਅਤੇ ਵਾਈਸ ਚਾਂਸਲਰ ਹੋਊਗਾ ਉਹਨਾਂ ਪੈਨਲ 'ਚ, ਇੱਕ ਸਾਡੇ ਲੋਕਲ ਆਨਰੇਬਲ ਜੱਜ ਹੋਣਗੇ ਪੰਜਾਬ ਹਰਿਆਣਾ ਹਾਈ ਕੋਰਟ ਦੇ। ਤੋਂ 5 ਜਿਹੜੇ ਡਿਫਰੈਂਟ ਟੋਪਿਕਸ 'ਤੇ ਉਹਨਾਂ 'ਤੇ ਬੱਚੇ ਪ੍ਰਜੈਂਟ ਕਰਨਗੇ, ਦੇ ਵਿਲ ਕੰਪੀਟ। 118 ਲਾਅ ਕਾਲਜਿਸ ਅਤੇ ਯੂਨੀਵਰਸਿਟੀ ਦੇ ਬੱਚੇ ਇਹ ਵਰਕਿੰਗ ਸੈਸ਼ਨ ਸਾਡੇ ਸਾਈਮਲਟੇਨੀਅਸਲੀ ਆਫਟਰ ਦੀ ਪਲੇਨਰੀ ਸੈਸ਼ਨ ਚੱਲਣਗੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੀ, ਅੱਡ ਅੱਡ ਕਾਨਫਰੰਸ ਹਾਲ 'ਚ। ਅਤੇ ਜਿਹੜਾ ਵੈਲੀਡਿਕਟਰੀ ਹੈ ਜੀ, ਵੈਲੀਡਿਕਟਰੀ ਫੰਕਸ਼ਨ ਸਾਡਾ 2 ਤਰੀਕ ਨੂੰ ਹੋਊਗਾ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਸੋਚ ਔਰਤ ਦੀ ਰਿਸਪੈਕਟ ਲਈ ਅਤੇ ਉਹਨਾਂ ਦੇ ਹੱਕਾਂ ਲਈ ਉਹਨਾਂ ਨੇ ਆਪਦੀ ਬਾਣੀ 'ਚ ਵੀ ਲਿਖਿਆ, ਉਸ ਸਮੇਂ ਵੀ ਆਵਾਜ਼ ਉਠਾਈ ਹੈ। ਉਸੇ ਮੱਦੇ ਨਜ਼ਰ ਅਸੀਂ ਜਿਹੜਾ 2 ਤਰੀਕ ਦਾ ਵੈਲੀਡਿਕਟਰੀ ਸੈਸ਼ਨ ਹੈ ਉਹ ਇੱਕ ਆਲ ਵੁਮੈਨ ਸੈਸ਼ਨ ਹੋਊਗਾ, ਉਹਦੇ 'ਚ ਜਸਟਿਸ ਇੰਦਰਾ ਬੈਨਰਜੀ ਸੁਪਰੀਮ ਕੋਰਟ ਦੇ ਉਹਨੂੰ ਚੇਅਰ ਕਰਨਗੇ, ਨਾਲ ਉਹਨਾਂ ਦੇ ਜਸਟਿਸ ਗੀਤਾ ਮਿੱਤਲ ਜੰਮੂ ਕਸ਼ਮੀਰ ਤੋਂ,
ਲੇਡੀ ਓਨਰੇਬਲ ਜੱਜਿਸ ਫਰੋਮ ਰਾਜਸਥਾਨ ਦਿੱਲੀ ਐਂਡ ਪੰਜਾਬ ਹਰਿਆਣਾ ਉਹ 9 ਮੈਂਬਰਸ ਦੇ ਵਿਲ ਬੀ ਔਨ ਦੀ ਸਟੇਜ ਔਨ ਦੀ ਵੈਲੀਡਿਕਟਰੀ ਸੈਸ਼ਨ ਸੋ 2 ਤਰੀਕ ਨੂੰ ਵੈਲੀਡਿਕਟਰੀ ਸੈਸ਼ਨ ਤੋਂ ਬਾਅਦ ਇਹ ਜਿਹੜੀ ਕਾਨਫਰੰਸ ਹੈ ਕਲਮੀਨੇਟ ਹੋ ਜਾਊਗੀ ਅਸੀਂ ਇਹ ਤੋਂ ਪਹਿਲਾਂ ਵੀ ਇੰਟਰਨੈਸ਼ਨਲ ਕਾਨਫਰੰਸ 2009-10 'ਚ ਕੀਤੀ ਸੀ ਉਦੋਂ ਵੀ ਚੀਫ ਜਸਟਿਸ ਆਫ ਇੰਡੀਆ 3 ਮੁਲਕਾਂ ਦੇ ਹੋਰ ਜੱਜ ਆਏ ਸੀ ਪਰ ਇਹ ਜਿਹੜੀ ਇੱਕ ਇੰਟਲੈਕਚੁਅਲ ਫੀਸਟ ਹੈ ਐਜ਼ ਅ ਟ੍ਰਿਬਿਊਟ ਟੂ ਗੁਰੂ ਨਾਨਕ ਦੇਵ ਜੀ ਟੋਪਿਕ ਵੀ ਜਿਹੜਾ ਇਹਦਾ ਹੈ ਕਾਨਫਰੰਸ ਦਾ ਉਹ ਹੈ ਫਿਲੋਸਫੀ ਆਫ ਗੁਰੂ ਨਾਨਕ ਦੇਵ ਜੀ ਐਂਡ ਇਟਸ ਰੈਲੇਵੈਂਸ ਟੂਡੇ ਇਨ ਇਕੁਐਲਿਟੀ ਸੋਸ਼ਲ ਜਸਟਿਸ ਐਂਡ ਇਨਵਾਇਰਮੈਂਟ ਇਨੌਗਰਲ ਸੈਸ਼ਨ ਹੈ ਜੋ ਥੀਮ ਆਫ ਦੀ ਕਾਨਫਰੰਸ ਹੈ ਜਿਹੜਾ ਕਾਨਫਰੰਸ ਦੀ ਤੁਸੀਂ ਜਿਸਟ ਲਾ ਲਓ ਉਹ ਮੇਨ ਤਾਂ ਥੀਮ ਗੁਰੂ ਨਾਨਕ ਦੇਵ ਜੀ ਫਿਲੋਸਫੀ ਦਾ ਹੀ ਹੈ ਇਸ ਤੋਂ ਇਲਾਵਾ ਅਸੀਂ 5 ਲੀਗਲ ਜਿਹੜੇ ਹੋਰ ਸਬਜੈਕਟ ਨੇ ਉਹਨਾਂ 'ਚ ਟੀਚਰਸ ਅਤੇ ਸਟੂਡੈਂਟਸ ਫਰੋਮ 118 ਲਾਅ ਕਾਲਜਿਸ ਯੂਨੀਵਰਸਿਟੀਜ਼ ਦੇ ਵਿਲ ਪ੍ਰੈਜੈਂਟ ਪੇਪਰ ਔਨ 5 ਟੋਪਿਕਸ ਹਾਂਜੀ ਰਿਪੋਰਟ ਪੜ੍ਹੀ ਜਾਊਗੀ ਜੀ ਆਫ ਦੀ ਕਾਨਫਰੰਸ ਕਿਸ ਤਰ੍ਹਾਂ ਹੋਈ ਕਿਹਨੇ ਕੀ ਕੁਛ ਕਿਹਾ ਅਬਾਊਟ ਦੀ ਕੀ ਨੋਟ ਸਪੀਕਰ ਅਬਾਊਟ ਦੀ ਪਲੈਨਰੀ ਸਪੀਕਰ ਐਂਡ ਅਬਾਊਟ ਦੀ ਸਪੈਸ਼ਲ ਇਨਵਾਈਟੀਜ ਉਹ ਰਿਪੋਰਟ ਪੜ੍ਹ ਕੇ ਅਤੇ ਥੈਂਕਸ ਕਰਦੇ ਹੋਏ ਅਤੇ ਇਟ ਵਿਲ ਕਲਮੀਨੇਟ ਇਨ ਦੀ ਵੈਲੀਡਿਕਟਰੀ ਸੈਸ਼ਨ ਵੈਲੀਡਿਕਟਰੀ ਸੈਸ਼ਨ 'ਚ ਕੋਈ ਫਾਰਮਲ ਟੋਪਿਕ ਨਹੀਂ ਡਿਸਕਸ ਹੁੰਦਾ ਇਟ ਇਜ਼ ਓਨਲੀ ਟੂ ਫੈਲੀਸੀਟੇਟ ਐਂਡ ਕੰਕਲੂਡ ਦੀ ਕਾਨਫਰੰਸ ਵਿਦ ਅ ਵੋਟ ਆਫ ਥੈਂਕਸ